ਜੀ ਸਤਿ ਸ਼੍ਰੀ ਅਕਾਲ ਦੋਸਤੋ, ਤਾਜ਼ੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ। ਅੱਜ ਦੀ ਵੱਡੀ ਅਪਡੇਟ, ਇੱਕ ਤਾਜ਼ੀ ਖਬਰ ਲੈ ਕੇ ਹਾਜ਼ਰ ਹੋਏ ਹਾਂ। ਪੰਜਾਬ ਸਕੂਲਾਂ ਨੂੰ ਲੈ ਕੇ ਆਈ ਵੱਡੀ ਖਬਰ। ਮੌਸਮ ਦੇ ਮੱਦੇ ਨਜ਼ਰ ਪੰਜਾਬ ਦੇ ਸਕੂਲਾਂ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਆਇਆ ਵੱਡਾ ਫੈਸਲਾ। ਕੀ ਹੈ ਪੂਰੀ ਜਾਣਕਾਰੀ ਜਾਣਦੇ ਹਾਂ ਇਸ ਵੀਡੀਓ ਦੁਆਰਾ। ਉਸ ਤੋਂ ਪਹਿਲਾਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਨਵੀਆਂ ਅਪਡੇਟਸ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ। ਔਰ ਹਰ ਨਵੀਂ ਅਪਡੇਟ ਲਈ ਤੁਸੀਂ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ। ਤਾਂ ਹੁਣ ਗੱਲ ਕਰਦੇ ਹਾਂ ਅੱਜ ਦੇ ਵੱਡੇ ਫੈਸਲੇ ਬਾਰੇ। ਕੀ ਹੈ ਅਪਡੇਟ? ਜਿਵੇਂ ਕਿ ਤੁਸੀਂ ਜਾਣਦੇ ਹੋ, ਪੰਜਾਬ ਦੇ ਵਿੱਚ ਠੰਡ ਦਾ ਮੌਸਮ ਹੈ, ਜਿਸ ਕਰਕੇ ਪੰਜਾਬ ਦੇ ਵਿੱਚ 24 ਤੋਂ 31 ਤਰੀਕ ਤੱਕ ਛੁੱਟੀਆਂ ਕੀਤੀਆਂ ਗਈਆਂ ਸੀ। ਤਾਂ ਹੁਣ ਅੱਜ 1 ਤਰੀਕ ਤੋਂ ਨਵਾਂ ਅਪਡੇਟ ਜੋ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੁਆਰਾ ਦਿੱਤਾ ਗਿਆ, ਸਕੂਲਾਂ ਵਿੱਚ ਸਵੇਰ ਦੀ ਸਭਾ ਸੰਬੰਧੀ ਨਹੀਂ ਹੋਵੇਗੀ। ਇਹ ਜਾਣਕਾਰੀ ਮੀਡੀਆ ਇੰਚਾਰਜ ਗੁਰਪ੍ਰੀਤ ਵੱਲੋਂ ਸਾਂਝੀ ਕੀਤੀ ਗਈ ਸੋਸ਼ਲ ਮੀਡੀਆ ਰਾਹੀਂ। ਉਹਨਾਂ ਕਿਹਾ ਕਿ ਮਾਣਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੇ ਵੱਲੋਂ ਸਕੂਲਾਂ ਵਿੱਚ ਪੜ੍ਹਨ ਦੇ ਸਮੇਂ ਨੂੰ ਵਧਾਉਣ ਸੰਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਸਾਹਿਬਾਨ ਨੂੰ ਆਦੇਸ਼ ਹਨ ਕਿ ਠੰਡ ਅਤੇ ਧੁੰਦ ਦੇ ਮੱਦੇਨਜ਼ਰ ਸਕੂਲਾਂ ਦੇ ਤਬਦੀਲੀ ਹੋਏ ਸਮੇਂ 10 ਤੋਂ 3 ਵਜੇ ਤੱਕ 14/1/2024 ਦੌਰਾਨ ਸਕੂਲਾਂ ਵਿੱਚ ਸਵੇਰ ਦੀ ਸਭਾ ਨਹੀਂ ਹੋਵੇਗੀ। ਜੀ ਹਾਂ ਦੋਸਤੋ, ਜੋ ਸਵੇਰੇ ਮਾਰਨਿੰਗ ਟਾਈਮ ਪ੍ਰੇਅਰ ਕਰੀ ਜਾਂਦੀ ਹੈ ਸਕੂਲਾਂ ਦੇ ਵਿੱਚ, ਉਸ ਨੂੰ ਬੰਦ ਕੀਤਾ ਗਿਆ 14 ਤਰੀਕ ਤੱਕ, ਤਾਂ ਕਿ ਜੋ ਬੱਚਿਆਂ ਨੂੰ 10 ਵਜੇ ਤੋਂ ਪਹਿਲਾਂ ਪੀਰੀਅਡ ਯਾਨੀ ਕਿ ਪਹਿਲੀ ਕਲਾਸ ਸ਼ੁਰੂ ਕਰ ਦਿੱਤੀ ਜਾਵੇ, ਤਾਂ ਕਿ ਬੱਚਿਆਂ ਨੂੰ ਜੋ ਸਮੇਂ ਦੇ ਵਿੱਚ ਤਬਦੀਲੀ ਕਰਨ ਦੇ ਨਾਲ ਜੋ ਐਕਸਟਰਾ ਸਮਾਂ ਆ ਉਹ ਨਾ ਲਗਾਇਆ ਜਾਵੇ। ਤਾਂ ਇਸ ਦੌਰਾਨ ਜੋ ਇਹ ਜਾਣਕਾਰੀ, ਹਰ ਸਕੂਲ ਵਿੱਚ ਅੱਧੀ ਛੁੱਟੀ ਹੋਵੇਗੀ, ਜਿਸ ਦੌਰਾਨ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਦਿੱਤਾ ਜਾਵੇਗਾ। ਕਿਰਪਾ ਕਰਕੇ ਇਸ ਸੰਬੰਧੀ ਸਾਰੇ DO ਸਾਹਿਬਾਨ ਨੂੰ, ਸਕੂਲ ਮੁਖੀਆਂ ਨੂੰ ਤੁਰੰਤ ਸੂਚਿਤ ਹੁਕਮ ਜਾਰੀ ਕਰਨ। ਤਾਂ ਇਹ ਅਪਡੇਟ ਇੱਕ ਵੱਡੀ ਨਿਕਲ ਕੇ ਆਈ ਹੈ। ਹੁਣ ਦੇਖਣੀ ਇਹ ਗੱਲ ਹੈ ਕਿ ਜਿਵੇਂ ਅੱਜ 1 ਤਰੀਕ ਨੂੰ ਪੰਜਾਬ ਦੇ ਵਿੱਚ ਮੌਸਮ ਸੇਮ ਪਹਿਲਾਂ ਦਿਨਾਂ ਵਾਂਗੂ ਹੀ ਰਿਹਾਗਾ, ਔਰ ਹੁਣ ਕੀ ਪੰਜਾਬ ਦੇ ਵਿੱਚ ਦੁਬਾਰਾ ਤੋਂ ਛੁੱਟੀਆਂ ਹੋ ਸਕਦੀਆਂ ਨੇ ਜਾਂ ਫਿਰ ਨਹੀਂ, ਬਟ ਦੂਜੇ ਪਾਸੇ ਮਾਪੇ ਅਤੇ ਅਧਿਆਪਕ ਇਸ ਚੀਜ਼ ਦੀ ਸਰਕਾਰ ਦੇ ਅੱਗੇ ਮੰਗ ਕਰ ਰਿਹਾ ਕਿ ਕੁਝ ਦਿਨ ਹੋਰ ਪਿਛਲੇ ਸਾਲ ਦੌਰਾਨ ਤਰ੍ਹਾਂ ਛੁੱਟੀਆਂ ਕੀਤੀਆਂ ਜਾਣ ਤਾਂ ਕਿ ਬੱਚੇ ਅਤੇ ਅਧਿਆਪਕ ਬਚ ਸਕਣ। ਤਾਂ ਇਹ ਇੱਕ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ। ਇਸ ਤੋਂ ਇਲਾਵਾ ਜੋ ਵੀ ਅਪਡੇਟ ਆਉਂਦੀ ਹੈ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ, ਤਾਂ ਕਿ ਤੁਹਾਨੂੰ ਵੀ ਹਰ ਪਲ ਪਲ ਦੀ ਅਪਡੇਟ ਮਿਲਦੀ ਰਹੇ। ਹੋਰ ਨਵੇਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ।